ਆਪਣੇ ਛੋਟੇ ਛੋਟੇ ਬੱਚਿਆਂ ਨੂੰ ਨਾਲ ਲਿਆ ਕੇ ਇਹ ਮਹਿਲਾਵਾਂ ਜਿਸਮ ਫਿਰੋਸ਼ੀ ਦਾ ਧੰਦਾ ਕਰ ਰਹੀਆਂ ਸਨ, ਜਿਨ੍ਹਾਂ ਨੂੰ ਪੁਲਿਸ ਨੇ ਮੌਕਾ ਮਿਲਦੇ ਹੀ ਛਾਪਾ ਮਾਰ ਕੇ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਨਾਲ ਪੁਲਿਸ ਨੇ ਦੋ ਵਿਅਕਤੀਆਂ ਨੂੰ ਵੀ ਕਾਬੂ ਕੀਤਾ। ਜਾਣਕਾਰੀ ਮੁਤਾਬਿਕ ਜਿਸ ਇਲਾਕੇ ਦੇ ਵਿੱਚ ਇਹ ਆਪਣਾ ਜਿਸਮ ਫਿਰੋਸ਼ੀ ਦਾ ਧੰਦਾ ਚਲਾ ਰਹੀਆਂ ਸਨ ਉਹ ਇੱਕ ਪੋਸ਼ ਏਰੀਆ ਅਤੇ ਇਸ ਧੰਦੇ ਦੀ ਮੇਨ ਸਰਗਰਨਾ ਨੇ ਇਸ ਪੋਸ਼ ਏਰੀਆ ਦੇ ਵਿੱਚ ਇੱਕ ਮਕਾਨ ਕਿਰਾਏ ਤੇ ਲਿਆ ਹੋਇਆ ਸੀ ਜਿੱਥੇ ਇਹ ਧੰਦਾ ਚਲਾ ਰਹੀਆਂ ਸਨ, ਜਿਸ ਦੇ ਚਲਦੇ ਇਲਾਕਾ ਨਿਵਾਸੀ ਵੀ ਇਸ ਧੰਦੇ ਦੇ ਕਾਰਨ ਬਹੁਤ ਪਰੇਸ਼ਾਨ ਸਨ ਤੇ ਇਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕਾ ਮਿਲਦੇ ਹੀ ਛਾਪਾ ਮਾਰਿਆ ਤੇ 9 ਔਰਤਾਂ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ। ਇਹ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਜਿੱਥੇ ਨਾਭਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਠੇਠਰੀਆਂ ਵਾਲੇ ਮੁਹੱਲੇ ਦੇ ਵਿੱਚ ਚੱਲ ਰਹੇ ਜਿਸਮ ਫਿਰੋਸ਼ੀ ਦੇ ਧੰਦੇ ਨੂੰ ਬੇਨਕਾਬ ਕੀਤਾ। ਜਾਣਕਾਰੀ ਮੁਤਾਬਿਕ ਧੰਦਾ ਚਲਾਉਣ ਵਾਲੀ ਮੇਨ ਸਰਗਰਨਾ ਮੰਜੂ ਉੱਤੇ ਪਹਿਲਾਂ ਵੀ ਜਿਸਮ ਫਿਰੋਸ਼ੀ ਦੇ ਮਾਮਲੇ ਦਰਜ ਨੇ। ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਇਸ ਔਰਤ ਤੇ ਪਹਿਲਾਂ ਵੀ ਜਿਸਮ ਫਿਰੋਸ਼ੀ ਦੇ ਮਾਮਲੇ ਦਰਜ ਨੇ ਤੇ ਇਹ ਪਹਿਲਾਂ ਵੀ ਜੇਲ੍ਹ ਦੇ ਵਿੱਚ ਰਹਿ ਕੇ ਆਈ ਹੈ ਤੇ ਹੁਣ ਦੁਬਾਰਾ ਫਿਰ ਇਹ ਧੰਦਾ ਸ਼ੁਰੂ ਕਰਨ ਲੱਗ ਪਈ, ਜਿਸ ਦਾ ਅਸਰ ਉਹਨਾਂ ਦੇ ਪਰਿਵਾਰਾਂ ਤੇ ਪੈ ਰਿਹਾ ਅਤੇ ਪੁਲਿਸ ਵੱਲੋਂ ਇਹਨਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਫਿਲਹਾਲ ਪੁਲਿਸ ਵੱਲੋਂ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਸ ਧੰਦੇ ਦੇ ਵਿੱਚ ਕੌਣ-ਕੌਣ ਸ਼ਾਮਿਲ ਨੇ ਅਤੇ ਇਹ ਗਾਹਕਾਂ ਤੋਂ ਕਿੰਨੇ ਪੈਸੇ ਵਸੂਲਦੀਆਂ ਸਨ। ਸੀਕ੍ਰੇਟ ਇਨਫੋਰਮੇਸ਼ਨ 'ਤੇ ਅਸੀਂ ਰੇਡ ਕੀਤੀ ਹੈ ਠਠੇਰਿਆਂ ਮੁਹੱਲਾ ਦੇ ਵਿੱਚ, ਅਤੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਉੱਥੇ ਕੁਛ ਲੇਡੀਜ਼ ਉੱਥੇ ਹੋਰ ਲੇਡੀਜ਼ ਨੂੰ ਬੁਲਾ ਕੇ ਜਿਸਮ ਫਰੋਸ਼ੀ ਦਾ ਧੰਦਾ ਕਰਦੇ ਨੇ ਅਤੇ ਮੁਹੱਲੇ ਦੇ ਬੰਦਿਆਂ 'ਚ ਵੀ ਇਹ ਗਲਤ ਮੈਸੇਜ ਜਾ ਰਿਹਾ ਸੀ। ਉੱਥੇ ਅਸੀਂ ਰੇਡ ਕਰਕੇ ਕੁਛ ਲੇਡੀਜ਼ ਅਤੇ ਜੈਂਟਸ ਅਰੈਸਟ ਕੀਤੇ ਨੇ ਅਤੇ ਇਮੋਰਲ ਟ੍ਰੈਫਿਕ ਐਕਟ ਦੇ ਅੰਡਰ ਅਸੀਂ ਮੁਕੱਦਮਾ ਨੰਬਰ 96 ਰਜਿਸਟਰ ਕਰਕੇ ਸਾਰੇ ਦੋਸ਼ੀਆਂ ਨੂੰ ਅਰੈਸਟ ਕਰ ਲਿਆ। ਇਹ ਅਸੀਂ ਦੇਖ ਰਹੇ ਹਾਂ ਜੀ, ਮੰਜੂ ਨਾਂ ਦੀ ਲੇਡੀ ਹੈ, ਉਹਦੇ ਪਹਿਲਾਂ ਵੀ ਮੁਕੱਦਮੇ ਦਰਜ ਨੇ ਅਤੇ ਬਾਕੀਆਂ ਦੇ ਵੀ ਅਸੀਂ ਦੇਖ ਰਹੇ ਹਾਂ ਕਿ ਕਿੰਨਿਆਂ ਦੇ ਮੁਕੱਦਮੇ ਦਰਜ ਨੇ ਅਤੇ ਬਾਕੀ ਤਫਤੀਸ਼ ਜਾਰੀ ਹੈ। ਕਿੰਨੇ ਲੇਡੀਜ਼ ਕਿੰਨੇ ਜੈਂਟਸ ਜਿਹੜੇ ਕਿੰਨੇ ਬੰਦਿਆਂ ਦੇ ਮਾਮਲਾ ਦਰਜ ਕੀਤਾ ਜੀ? ਇਹ ਹਲੇ ਅਸੀਂ ਸਾਰੇ ਬੰਦਿਆਂ 'ਤੇ ਮੁਕੱਦਮਾ ਦਰਜ ਕੀਤਾ। ਇਹਨਾਂ ਦੀ ਪ੍ਰੀਵੀਅਸ ਹਿਸਟਰੀ ਸਾਰੀ ਅਸੀਂ ਚੈੱਕ ਕਰ ਰਹੇ ਹਾਂ ਕਿ ਇਹਨਾਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਾ ਕੇ ਅੱਜ ਕੋਰਟ ਦੇ ਵਿੱਚ ਜੁਡੀਸ਼ੀਅਲ ਇਹਨਾਂ ਦਾ ਰਿਮਾਂਡ ਲਿਆ ਜਾਊਗਾ। ਕਿੰਨੇ ਟਾਈਮ ਤੋਂ ਕਰਦੇ ਸੀ ਜੀ? ਇਹ ਤਫਤੀਸ਼ 'ਚ ਸਾਹਮਣੇ ਆਊਗਾ। ਇਹ 10 ਜਣੇ ਨੇ ਜੀ। ਲੇਡੀਜ਼ ਕਿੰਨੇ ਨੇ ਜੀ ਉਹਦੇ ਵਿੱਚ? ਇਹਨਾਂ 'ਚ 9 ਨੇ। 3-4-5 ਇਮੋਰਲ ਟ੍ਰੈਫਿਕ ਐਕਟ ਹੈਗਾ ਜੀ, ਉਸ ਦੇ ਅੰਡਰ ਇਹ ਸਾਰੇ ਅਸੀਂ ਬੁੱਕ ਕੀਤੇ। ਕਿੰਨੇ ਕੁ ਪੈਸੇ ਲੈਂਦੇ ਜਿਸਮ ਫਿਰੋਸ਼ੀ ਵਾਸਤੇ ਜਿਹੜੇ ਹੈਗਾ ਆਦਮੀ? ਇਹ ਅੱਗੇ ਆਪਣੀ ਤਫਤੀਸ਼ ਦੇ ਵਿੱਚ ਸਾਨੂੰ ਦੱਸ ਦੇਣਗੇ। ਜਿਹੜੀ ਲੇਡੀਜ਼ ਦਾ ਨਾਮ ਲੈ ਰਹੇ ਹੋ, ਇਸ ਤੋਂ ਪਹਿਲਾਂ ਕੀ ਮਾਮਲੇ ਦਾ? ਇਸ ਤੋਂ ਪਹਿਲਾਂ ਵੀ ਇੱਕ ਇਮੋਰਲ ਟ੍ਰੈਫਿਕ ਐਕਟ ਦਾ ਸਦਰ ਥਾਣੇ ਦੇ ਵਿੱਚ ਮੁਕੱਦਮਾ ਦਰਜ, ਬਾਕੀ ਅਸੀਂ ਇਹਦਾ ਚੈੱਕ ਕਰ ਰਹੇ ਹਾਂ। ਦੇਖੋ ਜੀ, ਤੰਗ ਤਾਂ ਮੇਰੀ ਗੱਲ ਸੁਣੋ, ਹੁਣ ਧੀਆਂ ਭੈਣਾਂ ਵਾਲੇ ਜਿਹੜੇ ਧੀਆਂ ਭੈਣਾਂ ਵਾਲੇ ਸਾਰੇ ਲੋਕ ਤਾਂ ਪਰੇਸ਼ਾਨ ਹੈਗੇ ਹੀ ਨੇ। ਹਾਂਜੀ, ਮੰਗ ਤਾਂ ਇਹੀ ਹੈ ਵੀ ਕੁਛ ਇੱਥੇ ਗੰਦ ਹੋਣਾ ਨਹੀਂ ਚਾਹੀਦਾ, ਸਾਰੇ ਮਾੜੀ ਗੱਲ ਹੈਗੀ, ਗੱਲ ਨਹੀਂ ਹੈ। ਜਿਵੇਂ ਇੱਥੇ ਲੇਡੀਜ਼ ਕਾਫੀ ਹਨ, ਜੈਂਟਸ ਆਉਂਦੇ ਨੇ, ਅਸਰ ਤਾਂ ਪੈਂਦਾ ਪਰਿਵਾਰ ਤੇ ਵੀ? ਮੈਂ ਕਿਹਾ ਐਕਚੁਅਲੀ ਨਾਂ ਦਾ ਕੀ ਨਾਂ ਪੈਂਦਾ ਤਾਂ ਕੋਈ ਮਤਲਬ ਨਹੀਂ ਹੈ। ਹਰੇਕ ਇਹੀ ਫੀਲ ਕਰਦਾ ਵੀ ਸ਼ੀ ਸ਼ੁੱਡ ਵੇਕੇਟ।
ਉਹਦੇ ਨਾਲ ਫਰਕ ਤਾਂ ਹੁਣ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਸ਼ੀ ਰਿਮੇਨ ਇਨ ਪੁਲਿਸ ਕਸਟਡੀ ਫਾਰ 3 ਔਰ 4 ਡੇਜ਼।